ਸਕੂਲ ਨਹੀਂ ਆ ਜਾਣ, ਪਤਾ ਹੀ ਸਾਡੇ ਮਹੱਲੇ ਖਤਮ ਹੈ, ਸਕੂਲ ਨੂੰ ਛੁੱਟੀ ਕਰ ਲਈ ਹੈ। ਇਹ ਚਾਚਾ ਜਾਨ ਸਾਡੇ ਪ੍ਰੋਫੈਸ਼ਨਲ ਕੁੱਕ ਨੇ, ਇੰਨੇ ਜ਼ਬਰਦਸਤ ਚਾਵਲ ਬਣਾਉਂਦੇ ਨੇ, ਕਿਉਂ ਚਾਚਾ ਜੀ? ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਣਗੇ, ਆਪਣੇ ਘਰ ਬਹੁਤ ਜ਼ਿਆਦਾ ਖੁਸ਼ ਹੋਣਗੇ, ਅੱਲਾਹ ਤਾਲਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ ਰੱਖੇ। ਅਤੇ ਅੱਜ ਜਿਹੜਾ ਨਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਉਹ ਕਿਉਂ? ਕਿਉਂਕਿ ਗੁਆਂਢੀਆਂ ਘਰ ਆ ਖਤਮ, ਨਾਲ ਮਹਿਫਲ ਹੈ ਅਤੇ ਖਤਮ ਹੈ, ਮਤਲਬ ਕਿ ਨਿਰਾ ਰਾਜ ਹੈ, ਅਤੇ ਅੱਜ ਬਹੁਤ ਮਜ਼ਾ ਆਉਣ ਵਾਲਾ। ਅੱਜ ਜਿਹੜਾ ਨਾ ਬਿਰਿਆਨੀ ਦਾ ਰਾਜ ਹੈ, ਪੂਰਾ ਬਿਰਿਆਨੀ ਦਾ ਰਾਜ ਹੈ। ਚਾਵਲ ਤਾਂ ਅਸੀਂ ਰੋਜ਼ ਖਾਂਦੇ ਹਾਂ, ਲੇਕਿਨ ਇਹੋ ਜਿਹਾ ਸ਼ੁਕਰ ਮੇਲਾ ਰਲ ਮਿਲ ਕੇ ਯਾਨੀ ਕਿ ਸਭ ਕੁਛ ਕਰਨਾ। ਅੱਜ ਤੁਸੀਂ ਵੀਡੀਓ ਲਾਜ਼ਮੀ ਪੂਰੀ ਦੇਖਿਓ, ਤੁਹਾਨੂੰ ਜ਼ਰੂਰ ਮਜ਼ਾ ਆਏਗਾ। ਅਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ, ਕਮੈਂਟ ਵੀ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ। ਜਿਹੜੇ ਲੋਕ ਸਾਡੇ ਚੈਨਲ 'ਤੇ ਨਏ ਨੇ, ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਧੁੰਦ ਬਹੁਤ ਜ਼ਿਆਦਾ ਪੈ ਗਈ ਦੀ ਅੱਜ, ਅਤੇ ਪਹਿਲੇ ਪਿਛਲੇ 2-3 ਦਿਨ ਚੰਗੀਆਂ ਧੁੱਪਾਂ ਲੱਗੀਆਂ ਨੇ, ਗਰਮੀਆਂ ਤੋਂ ਜਾ ਗਈਆਂ ਨੇ, ਅਤੇ ਅੱਜ ਧੁੰਦ ਪੈ ਗਈ ਹੈ। ਅਤੇ ਹੁਣ ਜਾਣਾ ਹੈ, ਮੈਂ ਉੱਧਰ ਜਾ ਕੇ ਪੁੱਛਣਾ ਭਲਾ ਕਿ ਕੋਈ ਮੇਰੀ ਕੋਈ ਹੈਲਪ ਦੀ ਕੋਈ ਲੋੜ ਹੈ, ਅਤੇ ਮੈਂ ਆਰਾਮ ਨਾਲ ਕੰਮ ਸ਼ੰਮ ਕਰਾਉਂਦੇ ਹਾਂ। ਅਤੇ ਇਹੀ ਹੁੰਦਾ ਕਿ ਪਿੰਡ ਵਿੱਚ ਅਗਰ ਜੇ ਕੋਈ ਮਹਿਫਲ ਹੈ ਜਾਂ ਕੋਈ ਵਿਆਹ ਸ਼ਾਇਆ, ਅਤੇ ਮੁੰਡੇ ਛੁੰਡੇ ਰਲ ਮਿਲ ਕੇ ਇਕੱਠੇ ਮੁੱਠੇ ਹੋ ਕੇ, ਅਤੇ ਕੋਈ ਕੰਮ ਸ਼ੰਮ ਜਿਹੜੀਆਂ ਦੇਗਾਂ ਛੇਗਾਂ ਪੱਕਦੀਆਂ ਨੇ ਪਕਾ, ਜਿਹੜਾ ਕੋਈ ਕੰਮ ਸ਼ੰਮ ਹੁੰਦਾ ਉਹ ਸਾਰੇ ਰਲ ਮਿਲ ਕੇ ਕਰ ਲਈਦਾ। ਅਤੇ ਚਲੀਏ, ਇਹ ਸਫਿਆਨ ਹੁਣੇ ਸਪਾਰਾ ਪੜ੍ਹ ਕੇ ਆਇਆ। ਹਾਂਜੀ ਸਫਿਆਨ, ਕੀ ਹਾਲ ਚਾਲ ਆ? ਠੀਕ ਠਾਕ ਹੈ। ਅਤੇ ਅੱਜ ਹਫ਼ਤੇ ਦਾ ਦਿਨ ਹੈ ਅਤੇ ਇਹਨੇ ਜਾਣਾ ਅੱਜ ਸਕੂਲੇ, ਅਤੇ ਤੁਸੀਂ ਸਾਰੇ ਰੋਟੀ ਛੋਟੀ ਖਾਓ ਅਤੇ ਸਕੂਲੇ ਜਾਓ। ਫਿਰ ਜਾਓ ਫਿਰ, ਚੰਗੀ ਝੂਟੀ ਲਾਈ ਤੈਨੂੰ। ਚੱਲ ਹੁਣ ਤੂੰ ਸਕੂਲ ਲੇਟ ਹੋਏ ਨਾ, ਫਿਰ ਤੂੰ ਜਾ ਸਕੂਲ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਸਰ, ਕੀ ਹਾਲ ਚਾਲ ਆ? ਠੀਕ ਠਾਕ। ਹੋਰ ਸੁਣਾਓ ਫਿਰ, ਕੀ ਤਿਆਰੀ ਤਿਉਰੀ? ਪਾਣੀ ਆ ਗਿਆ ਲੱਗਦਾ, ਸਹੀ ਆ। ਸਾਡੇ ਸਪਲਾਈ ਦਾ ਪਾਣੀ ਲੱਗੇ ਦਾ ਡੂੰਘੇ ਬੋਰ, ਤਿੰਨ ਦੋ ਟਾਈਮ ਆਉਂਦਾ, ਤਿੰਨ ਟਾਈਮ ਆਉਂਦਾ, ਸਰਦੀਆਂ 'ਚ ਦੋ ਟਾਈਮ। ਪਿੱਛੇ ਮੋਟਰ ਲੱਗੀ ਤੇ ਮੋਟਰ ਚਲਾ ਦਿੰਦੇ ਨੇ ਤੇ ਪਾਣੀ ਆ ਜਾਂਦਾ ਸੀ, ਤੇ ਜਪ ਕਰਕੇ ਭਰ ਲਈ ਦੇ ਪੈਂਪ ਘਰ ਘਰ ਲੱਗੇ ਦੇ ਨੇ। ਤੇ ਕੀ ਹਿਸਾਬ ਕਿਤਾਬ ਹੈ? ਚੱਲੀਏ, ਕੀ ਕਰਨਾ? ਚੱਲੀਏ ਮੰਡੀ, ਉੱਥੋਂ ਮਾਸ ਮੂਲ ਲੈ ਕੇ। ਸਹੀ ਆ, ਹੋਰ ਕੀ ਕੰਮ ਹੈ? ਦੇਗਾਂ ਦੂਗਾਂ ਲਿਆਉਂਦੀਆਂ, ਪਹਿਲੇ ਅਸੀਂ ਉਹ ਲੈਣੇ ਆ ਸਮਾਨ, ਲੈਣੇ ਆ ਫਿਰ ਸਮਾਨ ਲੈ ਕੇ ਆਉਂਦੇ, ਫਿਰ ਜਾ ਕੇ ਦੇਗਾਂ ਦੂਗਾਂ ਲਿਆਉਂਦੇ। ਠੀਕ ਆ, ਚਲੋ ਫਿਰ, ਫਿਰ ਆ ਕੇ ਨਾ ਸਾਡੇ ਘਰ ਦੇਗਾਂ ਕਰਕੇ ਸੁੱਟਾਂਗੇ। ਗੁੱਡ, ਫਿਰ ਰੱਜ ਹੋਏਗਾ, ਰੱਜ ਮਜ਼ੇ ਮਜ਼ੇ ਰੱਜ ਅੱਜ ਮਜ਼ੇ ਹੋਏ ਆ, ਪਾ ਕੇ ਮੁਰਗੀ ਪਾ ਕੇ ਅਜੇ ਅਸੀਂ ਤੋੜੇ ਤੂੜੇ ਲੈ ਲੈਂਦੇ। ਦੱਸੋ ਯਾਰ, ਦੇਖੋ ਤੋੜੇ ਤਰੇ ਤੋੜੇ ਲੈ ਨੇ ਯਾਰ ਤਰੇ। ਅਸਲ 'ਚ ਸਾਡੇ ਨਾ ਨਜ਼ਦੀਕ ਹੀ ਸ਼ਹਿਰ ਮੰਡੀ ਛੰਡੀ ਲੱਗਦੀ ਹੈ, ਉੱਥੋਂ ਹੀ ਸਾਰਾ ਸਮਾਨ ਵਗੈਰਾ ਜਿਹੜਾ ਲੈ ਆਵਾਂਗੇ, ਟਮਾਟਰ ਹਰੀਆਂ ਮਿਰਚਾਂ ਦੇਖ ਜਿਹੜੀਆਂ ਚੀਜ਼ਾਂ ਜ਼ਿਆਦਾ ਸਾਨੂੰ ਚਾਹੀਦੀਆਂ ਨੇ, ਉਹੀ ਲੈਣ ਚੱਲੇ ਹਾਂ ਮੰਡੀ। ਅਤੇ ਸਰਦੀ ਵੀ ਸਰਦੀ ਬੜੀ ਅੱਜ, ਧੁੰਦ ਪੈ ਗਈ ਹੈ, ਪਤਾ ਨਹੀਂ ਕਿਸ ਤਰ੍ਹਾਂ ਧੁੰਦ ਪੈ ਗਈ, 2-3 ਦਿਨ ਤੋਂ ਪਾ ਲਈਆਂ ਸੂਰਜ ਚੜਿਆ, ਫਿਰ ਵੀ ਨਹੀਂ 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 ਪੇਸ਼ ਜਾਂਦੀ ਵੀ ਸੂਰਜ। ਚੱਲੀਏ ਫਿਰ, ਚੱਲੀਏ ਮੋਟਰਸਾਈਕਲ ਅਸੀਂ ਕੱਢ ਲਈ ਹੈ, ਇੱਕ ਮੈਂ ਇੱਕ ਆਪਣੀ ਮੈਂ ਕੱਢ ਲੈਂਦਾ। ਚਲੀਏ, ਮੈਨੂੰ ਲੱਗਦੀ ਵੀ ਸਰਦੀ, ਮੈਂ ਉਮਰ ਸਾਹਿਬ ਹਿੰਮਤ ਤੁਹਾਡੀ ਹੈ, ਗੱਡੀ ਤੁਸੀਂ ਚਲਾਉਣੀ ਹੈ ਅਤੇ ਮੈਂ ਬਸ ਪਿੱਛੇ ਬਹਿਣਾ। ਅਤੇ ਚੱਲੇ ਅਸੀਂ ਇੱਥੋਂ ਤੱਕ ਤਕਰੀਬਨ ਜਿਹੜੀ ਮੰਡੀ ਹੈ ਨਾ, ਮੰਡੀ ਤੱਕ ਚੱਲੇ ਹਾਂ, ਅਤੇ ਤਕਰੀਬਨ ਉਹ ਕਿੰਨੇ ਕਿਲੋਮੀਟਰ ਹੈ ਮੰਡੀ ਜਿਹੜੀ ਹੈ ਸਾਡੇ ਤੋਂ? ਤਕਰੀਬਨ 15-16 ਕਿਲੋਮੀਟਰ ਹੈ।
منڈی میں سارا سامان وغیرہ جو دیکھا جو مسالہ مسولہ ہے سارا لیا کہ عمر صاحب سارا آ گیا نا ہوں فروٹ بھی آ گیا فروٹ بھی جڑا سارا رکھنا سی سارا جن انتظام ہو گیا ہوں بس دیکھا پکن کا انتظام ہے پھر رج ہے رج 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 لانا اور چاچا جی کی حال چال ہے ٹھیک ٹھاک اور سناؤ پھر میں تیاری کری پڑھ لے جا دا نال کے میں ذرا کم پر تو چھکا جی ذرا میں پر چل تیار ہو دیکھ گانا سامان سارا ریڈی ہو گیا تے اے بھائی زار دا صاحب پکائے گئے تے دیکھ ہاں جی تڑ کے حال چال ہے ٹھیک ٹھاک کتنی دیر جی پتہ کہندا ابا تے پانی پا دے اور پانی لگی دم لا دوسری رہ گئی پکان والی یہ ہلے خالی ہے کہ شوہر چلے پایا ایک سلنڈر چوہے دیگاں پکا نے چول جڑے نے پیوئے دے نے فٹافٹ دیگاں پکا کے پھر نیرا رج دم تو ہوں بس یہ کن منٹ دم لانا بھلا 15 منٹ دم لانا یہ چاچا جان ساڈے پروفیشنل کک نے اینے زبردست چاول بنا دے کیوں چاچا جی کچھ کہو تھوڑا جہا ہاں تو کنی دیر تو کرتے پے کام جان 10 سال سے کوکنگ کرتے پے نے تو تجربہ ہوئے گا آنند آئے گا زبردست ساڈے محلے کا پنڈ کا بالکل ہڈ رام بندہ کیوں کیوں کی دینا تیرا نام کی ہے بھلا ساقب رضا اور ساقب پھر سکول نہیں آج جانو پتا ہی سارے محلے ختم ہے سکول چھٹی کر لی ہے اور پتا ہی ختم ہے میں پٹھے لین جانا ہی میں پٹھے لین نہیں گیا مجھے پتا ہی محلے ختم ہے ایک دیگ چاچی ہونا پکائی ایک دیگ میں ہاں بالکل پکاؤ جی پوری دیگ میں پکانی اچھا جی بڑھیا نے بہت پسند کیتے جو انہیں کہا جی مرغی نہیں پکانی بچ پانی اگے محلہ مرغے کے حالات بڑے خراب نے تے تاں واسطے یہ کام کیتا گیا ہے چنے پائے نے تاں واسطے ہاں جی اس واسطے پتر جی ہاں جی اور بڑھیا نے وہ ایسے واسطے محفل ہے مطلب تو چلو ایسے واسطے بہت اچھا ہے مرغے والا کام بند کر چڑیا جی وہ بہت خطرہ ہو گیا بہت سارا ہاں جی دیکھ بالکل ریڈی ہو گئی ہے واہ خوشبو بڑی زبردست چنے والے بریانی کھانی ہوں مارش مرچ کھا کے پھر کھانی ہے واہ فروٹ کٹنا بھی شروع کر دیتا ہے ساڈے بھائی ویس نے ویس بھائی نیرا ہو گیا ادھروں تے اے بھائی آدل نے اے فروٹ کٹنا شروع کر دیا دروازے دے اگے چاول سارے جڑے نے فروٹ دے چاول لے اندے نے ایتھوں نے سارے لوکاں نوں ایک ننگی جان گے تے ایک ایک چھاپڑ دے جانا تے اس طرح ایسے پنڈ دی تقسیم کیتے جاندے نے چاول بہت مشکل ہے نیاںے نوں ہینڈل کرنا لے منو اوئے پیچھے پیچھے لینڈ 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 باپ سارے مل گئے چول ویک لی کوئی رہت نہیں گیا چاچا تینوں نہیں ملے چول آئیو 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 دے یار شاپر دے ویڈیو بنا ہی ہے پہلے چاچا نے شاپر دے چاچا پھڑ روٹی وغیرہ کھا کھو کے میں آ گیا ہوں کار تو ڈنگر پٹھے پٹھے پانے ہیں جو بھی کام شام ہی وہ ختم کریے تو بہت زیادہ سرک پائی سی بہت زیادہ کام سی دور پج سی تو یہی ہی میری اج کی ویڈیو امید ہے تمہیں ضرور پسند آئی ہوگی ویڈیو لائک کرو کمنٹ کرو شیئر کرو یہی ایک چیز ہوں پنڈ کے لوگوں کھیلنا ملنا جلنا کٹھیا کام شام اگلے کا ہوا تو اور نہ مل کے کر لیا اگر جی ساڈا ہوا تو اگلے اگلا مل کے یعنی کہ کٹھے کام شام جا بھی ہوا کر لیا تو اللہ تعالیٰ تمہیں بہت زیادہ خوش رکھے یہی میری اج کی چھوٹی جی ویڈیو اپنا بہت زیادہ خیال رکھو اللہ حافظ